ਆਖਿਓ ਲਾਜਾ ਦਸਵੇਂ ਪਾਤਸ਼ਾਹ ਜੀ ਸ਼ਾਨਾਂ ਤੁਹਾਡੀਆਂ ਉੱਚੀਆਂ ਸੁੱਚੀਆਂ ਜੀ ਰਹਿਓ ਬਖਸ਼ ਦੇ ਪਲ ਸਦਾ ਖਾਲਸੇ ਨੂੰ ਵੈਰੀ ਖੰਗੇ ਤਾਂ ਉਡਾ ਦਈਏ ਤੁੱਕੀਆਂ ਜੀ ਤੁਹਾਡੇ ਹੁਕਮਾਂ ਦੇ ਬੰਦੀਆਂ ਸ਼ਹਿਨਸ਼ਾਹ ਰੱਖੀਏ ਫਿਕਰਾਂ ਕਦੇ ਨਾ ਮੁੱਕੀਏ ਜੀ ਦਲੇਰ ਖਾਲਸਾ ਰਣ ਵਿੱਚ ਸ਼ੂਕਦਾ ਰਹੇ ਹਰਨ ਹੋਣ ਇਹ ਲੰਡੀਆਂ ਬੁੱਝੀਆਂ ਜੀ ਨਵਾਂਸ਼ਹਿਰ 'ਚ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਇੱਕ ਸਿੰਘ ਨੇ 8 ਮੋਟਰਸਾਈਕਲਾਂ ਨੂੰ ਆਪਣੀ ਬਾਹਾਂ ਨਾਲ ਖਿੱਚ ਕੇ ਕਰੀਬ 53.6 ਸੈਕਿੰਡ ਤੱਕ ਰੋਕ ਕੇ ਰੱਖਣ ਨਾਲ ਇੰਡੀਆ ਬੁੱਕ ਆਫ ਰਿਕਾਰਡ 'ਚ ਆਪਣਾ ਨਾਮ ਦਰਜ ਕਰਵਾਇਆ ਹੈ। ਇਸ ਤੋਂ ਪਹਿਲਾਂ 1997 'ਚ 4 ਮੋਟਰਸਾਈਕਲ ਨੂੰ 27 ਸੈਕਿੰਡ ਤੱਕ ਖਿੱਚਣ ਦਾ ਰਿਕਾਰਡ ਦਰਜ ਕੀਤਾ ਗਿਆ ਸੀ। ਨਵਾਂਸ਼ਹਿਰ ਦੇ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਪੁਰਾਣਾ ਰਿਕਾਰਡ ਤੋੜ ਕੇ ਆਪਣਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਨੌਜਵਾਨਾਂ ਦੇ ਖਾਲਸਾ ਗਰੁੱਪ ਵੱਲੋਂ ਕਈ ਸਾਲਾਂ ਤੋਂ ਗੱਤਕੇ ਦੇ ਜੋਹਰ ਦਿਖਾ ਕੇ ਗੁਰੂ ਦੀ ਲਾਡਲੀ ਫੌਜ ਨੇ ਵਿਦੇਸ਼ਾਂ ਵਿੱਚ ਵੀ ਆਪਣੀ ਧੂਮ ਮਚਾਈ ਹੈ। ਇੱਥੋਂ ਤੱਕ ਕਿ ਕਈ ਫਿਲਮਾਂ ਅਤੇ ਗਾਣਿਆਂ ਵਿੱਚ ਵੀ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਆਪਣਾ ਰੋਲ ਨਿਭਾ ਚੁੱਕਾ ਹੈ। ਜਦੋਂ ਇਸ ਗਰੁੱਪ ਬਾਰੇ ਇੰਡੀਆ ਬੁੱਕ ਆਫ ਰਿਕਾਰਡ ਨੂੰ ਪਤਾ ਲੱਗਾ ਤਾਂ ਉਹਨਾਂ ਦੀ ਟੀਮ ਵੱਲੋਂ ਜਸਵਿੰਦਰ ਸਿੰਘ ਦੇ ਇਸ ਕਰਤੱਬ ਨੂੰ ਵੇਖਿਆ ਗਿਆ ਅਤੇ ਉਹਨਾਂ ਨੂੰ ਨਵੇਂ ਰਿਕਾਰਡ ਲਈ ਆਪਣਾ ਸਰਟੀਫਿਕੇਟ ਅਤੇ ਟਰਾਫੀ ਵੀ ਜਾਰੀ ਕੀਤੀ। ਇਸ ਸੰਬੰਧੀ ਰਿਕਾਰਡ ਬਣਾਉਣ ਵਾਲੇ ਜਸਵਿੰਦਰ ਸਿੰਘ ਨੇ ਕਿਹਾ ਹੈ ਕਿ ਅੱਜ ਉਹਨਾਂ ਨੂੰ ਆਪਣੇ ਇਸ ਰਿਕਾਰਡ ਉੱਪਰ ਮਾਣ ਮਹਿਸੂਸ ਹੋ ਰਿਹਾ। ਜਸਵਿੰਦਰ ਸਿੰਘ ਵੱਲੋਂ ਆਪਣੀ ਇਸ ਕਾਮਯਾਬੀ ਪਿੱਛੇ ਦਲੇਰ ਖਾਲਸਾ ਗਰੁੱਪ ਦੀ ਟੀਮ ਦਾ ਹੱਥ ਦੱਸਿਆ ਗਿਆ ਹੈ। ਅੱਜ 8 ਬਾਈਕ ਖਿੱਚ ਕੇ ਬਾਹਾਂ ਦੇ ਜ਼ੋਰ ਨਾਲ ਮੈਂ ਬਲ ਇੰਡੀਆ ਬੁੱਕ ਰਿਕਾਰਡ 'ਚ ਨਾਂ ਦਰਜ ਕੀਤਾ ਅੱਜ। ਇਸ ਤੋਂ ਪਹਿਲਾਂ ਵੀ ਤੁਸੀਂ ਇਦਾਂ ਦੇ? ਹਾਂਜੀ, ਅਸੀਂ ਇਸ ਤੋਂ ਪਹਿਲਾਂ ਵੀ ਵੱਡੇ ਵੱਡੇ ਸਟੰਟ ਕਰ ਰਹੇ ਹਾਂ ਜੀ। ਕੋਈ ਮੂਵੀ 'ਚ ਕੰਮ? ਹਾਂਜੀ, ਕਾਫੀ ਮੂਵੀ 'ਚ ਕੰਮ ਕੀਤਾ ਜੀ। ਹਾਂਜੀ, ਸਿੱਖ ਕੌਮ ਦੇ ਹੀਰੇ, ਦੋ ਬੋਲ, ਸਿੰਘ ਜਬਲਿੰਗ 'ਚ, ਪੱਤਾ ਸਿੰਘਾਂ ਦਾ ਬੈਰੀ 'ਚ, ਹਾਂਜੀ ਹੋਰ ਬਹੁਤ ਪੰਜਾਬੀ ਵੀਡੀਓ 'ਚ ਕੰਮ ਕਰ ਰਹੇ ਜੀ। ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਜੀ ਇਸ ਇੰਡੀਆ ਦਾ। ਹਾਂਜੀ, ਮੈਨੂੰ ਬਹੁਤ ਮਾਣ ਆ ਜੀ ਅਤੇ ਪੂਰੀ ਟੀਮ 'ਤੇ ਨਾਲ ਖੜੀ ਆ ਜੀ। ਇਸ ਦੌਰਾਨ ਇੰਡੀਆ ਬੁੱਕ ਆਫ ਰਿਕਾਰਡ ਦੇ ਜੱਜ ਮਿਸਟਰ ਮਨੋਹਰ ਰਾਵਤ ਨੇ ਕਿਹਾ ਕਿ ਸਾਡੀ ਸੰਸਥਾ ਨੇ 2006 ਤੋਂ ਫਰੀਦਾਬਾਦ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ 22,000 ਲੋਕਾਂ ਵੱਲੋਂ ਆਪਣੀ ਕਾਬਲੀਅਤ ਪੇਸ਼ ਕਰਨ ਦਾ ਇਸ ਸੰਸਥਾ ਵੱਲੋਂ ਮੌਕਾ ਦਿੱਤਾ ਗਿਆ ਹੈ। ਉਹਨਾਂ ਦਲੇਰ ਖਾਲਸਾ ਇੰਟਰਨੈਸ਼ਨਲ ਗਰੁੱਪ ਦੇ ਸਿੰਘ ਜਸਵਿੰਦਰ ਸਿੰਘ ਵੱਲੋਂ ਬਣਾਏ ਗਏ ਇਸ ਨਵੇਂ ਰਿਕਾਰਡ ਦੀ ਸ਼ਲਾਘਾ ਕੀਤੀ। ਨਵਾਂਸ਼ਹਿਰ ਮੈਂ ਇੱਕ ਨਿਆ ਰਾਸ਼ਟਰੀ ਕੀਰਤੀਮਾਨ ਬਣਾਇਆ ਹੈ। ਇਸ ਮੇਂ ਦਲੇਰ ਖਾਲਸਾ ਇੰਟਰਨੈਸ਼ਨਲ ਗਟਕਾ ਗਰੁੱਪ ਨੇ ਇੱਕ ਨਿਆ ਕੀਰਤੀਮਾਨ ਬਣਾਇਆ ਹੈ। ਉਹਨਾਂ ਨੇ ਉਨਕੇ ਇੱਕ ਮੈਂਬਰ ਮਿਸਟਰ ਜਸਵਿੰਦਰ ਸਿੰਘ ਨੇ 8 ਬਾਈਕ, 4 ਬਾਈਕ ਇੱਕ ਸਾਈਡ, 4 ਬਾਈਕ ਅਪੋਜਿਟ ਸਾਈਡ ਮਗੋਂ ਆਪਣੇ ਦੋਨੋਂ ਹੱਥੋਂ ਸੇ ਉਹਨਾਂ ਨੇ 54.6 ਸੈਕਿੰਡ ਰੋਕ ਕਰ ਇੱਕ ਨਿਆ ਕੀਰਤੀਮਾਨ ਬਣਾਇਆ ਹੈ।
इससे मिलता जुलता कीर्तिमान यूएसए में 1997 में था, जहाँ पे चार बाइक्स को 27 सेकंड के लिए रोका गया था। इंडिया बुक ऑफ रिकॉर्ड का हमेशा यह प्रयास रहा है कि वो सभी 125 भारतीयों को जो टैलेंट से भरे हैं, जिनमें हर एक में स्किल है, उनको एक प्लेटफॉर्म प्रोवाइड करें। और इसी दिशा में इंडिया बुक ऑफ रिकॉर्ड जो 2006 में रिकॉर्ड होल्डर के द्वारा बनाया गया था, अब तक 20,000 से ज़्यादा रिकॉर्ड होल्डर्स को सम्मानित कर चुका है। और आज नवांशहर में इस गट दलेर खालसा इंटरनेशनल गटका ग्रुप को सम्मानित करते हुए हमें बेहद खुशी हो रही है। इंडिया बुक ऑफ रिकॉर्ड 2006 में रिकॉर्ड होल्डर्स ने मिलकर बनाया था। इसका मुख्य उद्देश्य ये था कि हमें ये विश्वास है कि हर भारतीय में स्किल और टैलेंट है। ये हमारा सोसाइटी का और परिवार और स्कूल का दायित्व है कि हम उन्हें प्लेटफॉर्म प्रोवाइड करें ताकि उनकी छिपी हुई प्रतिभा बाहर आ सके। और इसी दिशा में इंडिया बुक ऑफ रिकॉर्ड की स्थापना की गई है। जिक्र योग है कि पंजाब की जवानी जिथे नशिया च गलतान होकर अपने आप को बर्बाद कर रही है, उत्थे दलेर खालसा वर्गे ग्रुप ते जसविंदर सिंह वर्गे बहादुर सिखां वलों अपने अजिहे रिकॉर्ड कायम करके जिथे नवी मिसाल कायम की गई है, उत्थे पंजाब की नौजवान पीढ़ी नशिया तो सुचेत रह के अपनी ताकत की सही वरतों करने का सुनेहा भी दिता गया है। उन्होंने कहा कि अज इस ग्रुप की बदौलत असी फिल्मों और गाने विच भूमिका भी निभा रहे हाँ। मैं दलेर खालसा ग्रुप वालों देशों विदेशों में बैठी समूह साध संगत को पूरे ग्रुप वालों हाथ जोड़ के वाहिगुरू जी का खालसा वाहिगुरू जी की फतेह। अज साडे लई बहुत ही वड्डा खुशी वाला दिन है, क्योंकि अज शहीद भगत सिंह नवांशहर जिले वालों जो साडी टीम खेड रही है दलेर खालसा ग्रुप, उन्होंने वालों सरदार जसविंदर सिंह उन्होंने इंडिया बुक ऑफ रिकॉर्ड में नाम दर्ज करवा के अज शहीद भगत सिंह नवांशहर का नाम पूरे वर्ल्ड में फेमस किया है। साडा मेन मकसद यही है कि असी जो कि पंजाब विच नशियां दौर चल रहा है, इन्हां नूं वध तों वध प्रेरित कर सकीए बच्चियां नूं। मेन साडा मकसद नशियां विच ही है, क्योंकि जो ये स्टंट कर जोर वाला स्टंट करता है, इन्हां वल देख के जो बच्चे नौजवान नशे करते हैं उन्हां वल प्रभावित होंदे हन। बहुत सारे इदां दे सानूं मैसेज आउंदे भी हन जो साडा प्रोग्राम देख के बहुत जो नशे करते से बच्चे अज अमर छा के सिंह सजे हैं। बाकी बहुत सब तो स्पैशल थैंक्स मैं कहना हाँ ਸਾਡੇ ਟੀਮ ਦੇ ਔਰਗੇਨਾਈਜ਼ਰ ਸਰਦਾਰ ਸੰਜੀਵ ਕਰਨ ਸਿੰਘ ਜੋ ਦਿੱਲੀ ਤੋਂ ਹਨ, ਉਹਨਾਂ ਦੀ ਬਦੌਲਤ ਅੱਜ ਦਲੇਰ ਖਾਲਸਾ ਗਰੁੱਪ ਨੇ ਇਹ ਰਿਕਾਰਡ ਬਣਾਇਆ ਹੈ। ਮੈਂ ਬਾਕੀ ਸਾਰੀ ਸਮੂਹ ਸਾਧ ਸੰਗਤ ਨੂੰ ਦਲੇਰ ਖਾਲਸਾ ਗਰੁੱਪ ਵੱਲੋਂ ਇਸ ਰਿਕਾਰਡ ਦੀ ਵਧਾਈ ਦਿੰਦਾ ਹਾਂ। ਹਾਂਜੀ, ਤਕਰੀਬਨ ਸਾਡੀਆਂ ਬਹੁਤ ਸਾਰੀਆਂ ਮੂਵੀਆਂ ਆ ਚੁੱਕੀਆਂ ਹਨ, ਜਿਸ ਵਿੱਚ ਕੌਮ ਦੇ ਹੀਰੇ ਅਤੇ ਹੁਣ ਪਿਛਲੇ ਇਹ ਮਾਊਥ ਇਹ ਆ ਰਹੀ ਆ ਦੋ ਬੋਲ ਫਿਲਮ ਜੀ, ਉਹਨਾਂ ਵਿੱਚ ਵੀ ਪੂਰੀ ਟੀਮ ਨੇ ਰੋਲ ਕੀਤਾ ਹੈਗਾ। ਅਤੇ ਸਾਡੇ ਬਹੁਤ ਸਾਰੇ ਸਿੰਘ ਸੂਰਮੇ ਆ ਰਹੀ ਆ ਅਤੇ ਸਿੰਘ ਬ੍ਰਿੰਗ 'ਚ ਵੀ ਆਪਾਂ ਘੱਲੂਘਾਰਾ ਇੱਦਾਂ ਦੀਆਂ ਬਹੁਤ ਸਾਰੀਆਂ ਮੂਵੀਆਂ ਧਾਰਮਿਕ ਜਿਨ੍ਹਾਂ ਵਿੱਚ ਦਲੇਰ ਖਾਲਸਾ ਗਰੁੱਪ ਨੇ ਹੁਣ ਤੱਕ ਕੰਮ ਕੀਤਾ ਹੈ। ਮੈਂ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹਾਂ, ਸਾਰੀਆਂ ਸਮੂਹ ਜਥੇਬੰਦੀਆਂ, ਪੰਜਾਬ ਸਰਕਾਰ, ਇੰਡੀਆ ਗੌਰਮੈਂਟ, ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਨੂੰ ਵੱਧ ਤੋਂ ਵੱਧ ਸਪੋਂਸਰ ਅਤੇ ਸਪੋਰਟ ਕਰੋ। ਸਾਨੂੰ ਕਿਸੇ ਦੀ ਸਪੋਰਟ ਨਹੀਂ ਹੈਗੀ, ਅਸੀਂ ਸਾਰਾ ਜੋ ਕੁਛ ਕਰ ਰਹੇ ਹਾਂ ਆਪਣੇ ਸਿਰ 'ਤੇ ਹੀ ਕਰ ਰਹੇ ਹਾਂ। ਨਵਾਂਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਵਿਸ਼ੇਸ਼ ਰਿਪੋਰਟ, ਪੰਜਾਬ ਟੂਡੇ।